छत्तीसगढ़ के बीजापुर में हुए नक्सलियों ਨਾਲ ਮੁਕਾਬਲੇ ਵਿੱਚ ਲਾਪਤਾ ਹੋਇਆ ਜਵਾਨ ਰੇਸ਼ਵਰ ਸਿੰਘ ਕੋਬਰਾ ਕਮਾਂਡੋ ਨਕਸਲੀਆਂ ਦੇ ਕਬਜ਼ੇ ਵਿੱਚ ਹੈ ਨਕਸਲੀਆਂ ਨੇ ਮੀਡੀਆ ਦੇ ਜ਼ਰੀਏ ਦੱਸਿਆ ਕਿ ਜਵਾਨ ਉਹਨਾਂ ਦੇ ਕਬਜ਼ੇ ਵਿੱਚ ਹੈ ਨਕਸਲੀਆਂ ਨੇ ਇਹ ਵੀ ਕਿਹਾ ਹੈ ਕਿ ਉਹ ਜਵਾਨ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਉਣਗੇ ਜਵਾਨ ਦੀ ਰਿਹਾਈ ਲਈ ਨਕਸਲੀਆਂ ਨੇ ਸ਼ਰਤ ਰੱਖੀ ਹੈ ਕਿ ਉਹ ਜਵਾਨ ਨੂੰ ਛੱਡਣ ਲਈ ਤਿਆਰ ਹਨ ਪਰ ਉਹ ਆਪਣੇ ਕਮਾਂਡੋ ਦੀ ਨੌਕਰੀ ਛੱਡ ਦੇਣ ਕੋਈ ਹੋਰ ਆਪਣਾ ਕੰਮ ਕਰਨ ਰੇਸ਼ਵਰ ਜੰਮੂ ਦੇ ਰਹਿਣ ਵਾਲੇ ਹਨ ਲੋਕ ਉਹਨਾਂ ਦੇ ਘਰ ਪਹੁੰਚ ਰਹੇ ਹਨ ਰੇਸ਼ਵਰ ਸਿੰਘ ਦੇ ਮਦਰ ਐਂਡ ਬਾਈਫਰੈਂਡ ਛੋਟੀ ਜੀ ਬੱਚੀ ਦਾ ਰੋ ਰੋ ਕੇ ਬੁਰਾ ਹਾਲ ਹੈ ਰੇਸ਼ਵਰ ਦੀ ਪਤਨੀ ਨੇ 36 ਗੜ ਦੀ ਸਰਕਾਰ ਤੋਂ ਮੰਗ ਕਰੀ ਹੈ ਕਿ ਉਸਦੇ ਪਤੀ ਨੂੰ ਸਹੀ ਸਲਾਮਤ ਨਕਸਲੀਆਂ ਦੇ ਕਬਜ਼ੇ ਵਿੱਚੋਂ ਛੁੜਾਇਆ ਜਾਵੇ ਜੋ ਵੀ ਨਕਸਲੀਆਂ ਦੀ ਮੰਗ ਹੈ ਉਹਨੂੰ ਪੂਰਾ ਕੀਤਾ ਜਾਵੇ ਇੱਕ ਰਜੇਸ਼ਵਰ ਸਿੰਘ ਹੈ ਜੋ ਕਿ ਆਪਣਾ ਪੂਰੀ ਫੈਮਿਲੀ ਚਲਾ ਰਿਹਾ ਹੈ ਇਸ ਲਈ ਪਰਿਵਾਰ ਦੀ ਮੰਗ ਹੈ ਕਿ ਰਜੇਸ਼ਵਰ ਸਿੰਘ ਨੂੰ ਜਲਦੀ ਤੋਂ ਜਲਦੀ ਨਕਸਲੀਆਂ ਦੇ ਕਬਜ਼ੇ ਵਿੱਚੋਂ ਰਿਹਾ ਕਰਾਇਆ ਜਾਵੇ ਥੈਂਕਸ